ਹਾਂਜੀ ਕੀ ਹਾਲ ਚਾਲ ਹੈ ਤੁਹਾਡਾ ਸਾਰਾ ਤਾਂ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਰਿਚ ਡੈਡ ਪੋਅ ਡੈਡ ਇਹ ਆਪਣੀ ਆਲਰੇਡੀ 3rd ਬੁੱਕ ਆ ਇਹ ਤੋਂ ਪਹਿਲਾਂ ਆਪਾਂ 48 ਲਾਜ਼ ਆਫ ਪਾਵਰ ਕੀਤੀ ਤੇ ਦ ਸਿਕਰਟ ਕੀਤੀ ਰਿਚ ਡੈਡ ਪੋਅ ਡੈਡ ਦਾ ਰਾਈਟਰ ਰੌਬਰਟ ਕਿਓਸਾਕਾ ਆ ਤੇ ਰੌਬਰਟ ਕਿਓਸਾਕਾ ਇਸ ਕਿਤਾਬ ਵਿੱਚ ਆਪਾਂ ਨੂੰ ਮੇਨ ਦੋ ਕੈਰੈਕਟਰ ਦਿਖਾਉਂਦਾ ਹਨਾ ਇੱਕ ਤਾਂ ਹੈਗਾ ਪੋਅ ਡੈਡ ਜੋ ਕਿ ਉਹਦਾ ਅਸਲੀ ਫਾਦਰ ਹੁੰਦਾ ਪੋਅ ਡੈਡ ਬਹੁਤ ਪੜਿਆ ਲਿਖਿਆ ਇਨਸਾਨ ਹੁੰਦਾ ਤੇ ਬਹੁਤ ਹਾਰਡ ਵਰਕਿੰਗ ਇਨਸਾਨ ਆ ਪਰ ਸਾਰੀ ਉਮਰ ਉਹਦੇ ਲਈ ਪੈਸੇ ਹਮੇਸ਼ਾ ਇੱਕ ਪ੍ਰੋਬਲਮ ਰਹਿੰਦੀ ਆ ਉਹ ਪੈਸੇ ਕਮਾਉਣੇ ਉਹਦੇ ਲਈ ਬਹੁਤ ਬੜੀ ਇੱਕ ਪ੍ਰੋਬਲਮ ਆ ਇਹ ਹੈਗਾ ਪੋਅਰ ਡੈਡ ਤੇ ਦੂਇਆ ਪਾਸੇ ਹੈਗਾ ਰਿਚ ਡੈਡ ਰਿਚ ਡੈਡ ਆਬਵੀਅਸਲੀ ਉਹਦਾ ਅਸਲੀ ਫਾਦਰ ਨਹੀਂ ਹੁੰਦਾ ਉਹਦੇ ਫਰੈਂਡ ਮਾਈਕ ਦਾ ਫਾਦਰ ਹੁੰਦਾ ਤੇ ਉਹਨੂੰ ਉਹ ਰਿਚ ਡੈਡ ਕਹਿੰਦਾ ਆਬਵੀਅਸਲੀ ਉਹ ਬਹੁਤ ਅਮੀਰ ਇਨਸਾਨ ਆ ਤੇ ਬਹੁਤ ਬੜਾ ਬਿਜ਼ਨਸਮੈਨ ਆ ਤੇ ਇਸ ਕਿਤਾਬ ਵਿੱਚ ਰੋਬਰਟ ਆਪਾਂ ਨੂੰ ਦੱਸਦਾ ਇਦਾਂ ਦੇ ਲੈਸਨ ਜਿਹੜੇ ਰਿਚ ਡੈਡ ਨੇ ਉਹਨੂੰ ਸਿਖਾਏ ਨੇ ਜਿਹਦੇ ਨਾਲ ਉਹਦੀ ਫਾਈਨੈਂਸ਼ੀਅਲ ਐਜੂਕੇਸ਼ਨ ਬਹੁਤ ਵਧੀਆ ਠੀਕ ਹੈ ਜਿਹਦੇ ਨਾਲ ਉਹਦੀ ਲਾਈਫ ਚੇਂਜ ਹੋਈ ਆ ਤੇ ਉਹ ਕਿਦਾਂ ਉਹ ਲੈਸਨ ਯੂਜ਼ ਕਰਕੇ ਉਹਨੇ ਆਪਣੀ ਜ਼ਿੰਦਗੀ ਚ ਅਪਲਾਈ ਕੀਤੇ ਨੇ ਤੇ ਕਿਦਾਂ ਉਹ ਅਮੀਰ ਹੋ ਗਏ ਸੋ ਕਿਤਾਬ ਦੀ ਸ਼ੁਰੂਆਤ ਇਦਾਂ ਹੁੰਦੀ ਆ ਕਿ ਰੌਬਰਟ ਹੈ ਜੇ ਸਕੂਲ ਚ ਹੁੰਦਾ ਤੇ ਜਿਹੜੇ ਉਹਦੇ ਕਲਾਸਮੇਟ ਨੇ ਉਹ ਆਬਵੀਅਸਲੀ ਵਧੀਆ ਪਰਿਵਾਰ ਤੋਂ ਬਿਲੋਂਗ ਕਰਦੇ ਨੇ ਅਮੀਰ ਪਰਿਵਾਰ ਤੋਂ ਬਿਲੋਂਗ ਕਰਦੇ ਨੇ ਤੇ ਉਹ ਵੀਕਐਂਡ ਨੂੰ ਆਪ ਦਾ ਪਲਾਨ ਕਰ ਰਹੇ ਹੁੰਦੇ ਨੇ ਕਿੱਥੇ ਘੁੰਮਣ ਜਾਣਾ ਤੇ ਆਬਵੀਅਸਲੀ ਰੌਬਰਟ ਤਾਂ ਇਹ ਚੀਜ਼ ਕਰਨੇ ਸਦਾ ਕਿਉਂਕਿ ਉਹ ਇੱਕ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦਾ ਉਹਦਾ ਡੈਡ ਇੱਕ ਟੀ ਸੋ ਉਹ ਘਰੇ ਜਾ ਕੇ ਆਪਣੇ ਪੋਪ ਡੈਡ ਤੋਂ ਯਾਨੀ ਕਿ ਆਪਣੇ ਅਸਲੀ ਡੈਡ ਤੋਂ ਜਾ ਕੇ ਪੁੱਛਦਾ ਵੀ ਅਮੀਰ ਕਿੱਦਾਂ ਬਣ ਸਕਦੇ ਆ ਠੀਕ ਹੈ ਉਹਦੇ ਅਸਲੀ ਡੈਡ ਕੋ ਆਬਵੀਅਸਲੀ ਕੋਈ ਪ੍ਰੋਪਰ ਰਿਸਪੌਂਸ ਸੀਗਾ ਨੀਗਾ ਇਹ ਚੀਜ਼ ਲਈ ਤਾਂ ਕਰਕੇ ਉਹਨੇ ਕਿਹਾ ਜੀ ਜੇਤੂ ਪੈਸੇਵਾਰੇ ਸਿੱਖਣਾ ਚਾਹੁੰਨਾ ਆ ਸਵਾਲ ਜਾ ਕੇ ਆ ਮਾਇਕ ਦੇ ਫਾਦਰ ਨੂੰ ਕਰ ਜਿਹਨੂੰ ਕਿ ਉਹ ਰਿਚ ਡੈਡ ਕਹਿੰਦਾ ਹੁੰਦਾ ਸੋ ਇਹ ਮਾਇਕ ਦੇ ਫਾਦਰ ਕੋਲ ਗਿਆ ਰਿਚ ਡੈਡ ਕੋਲ ਤੇ ਉਹਨੂੰ ਸੇਮ ਸਵਾਲ ਕੀਤਾ ਵੀ ਅਮੀਰ ਕਿੱਦਾਂ ਬਣ ਸਕਦੇ ਆ ਤੇ ਇਥੇ ਰਿਚ ਡੈਡ ਦੀ ਐਂਟਰੀ ਹੁੰਦੀ ਆ ਤੇ ਇਥੇ ਰੋਬਰਟ ਦੀ ਫਾਈਨੈਂਸ਼ੀਅਲ ਐਜੂਕੇਸ਼ਨ ਦੀ ਸ਼ੁਰੂਆਤ ਹੁੰਦੀ ਆ ਰਿਚ ਡੈਡ ਇਹਨੂੰ ਕੁਛ ਇਦਾਂ ਦੀਆਂ ਗੱਲਾਂ ਸਿਖਾਉਂਦਾ ਜਿੱਦਾਂ ਕਿ ਪੈਸੇ ਕਿੱਦਾਂ ਮੈਨੇਜ ਕਰੀਦੇ ਨੇ ਪੈਸੇ ਦੇ ਨਾਲ ਹੋਰ ਪੈਸਾ ਕਿੱਦਾਂ ਬਣਾਇਦਾ ਇਦਾਂ ਦੀਆਂ ਕਿਹੜੀਆਂ ਗਲਤੀਆਂ ਨੇ ਜਿਸ ਦੇ ਨਾਲ ਗਰੀਬ ਬੰਦੇ ਗਰੀਬ ਰਹਿੰਦੇ ਨੇ ਤੇ ਅਮੀਰ ਬੰਦੇ ਅਮੀਰ ਕਿੱਦਾਂ ਹੋ ਜਾਂਦੇ ਨੇ ਹਨਾ ਇਦਾਂ ਦੀਆਂ ਕਿਹੜੀਆਂ ਚੀਜ਼ਾਂ ਨੇ ਜਾਂ ਕੋਈ ਮਿਡਲ ਕਲਾਸ ਬੰਦਾ ਅਮੀਰ ਹੋਣਾ ਚਾਹੁੰਦਾ ਤੇ ਉਹ ਕਿੱਦਾਂ ਕਰ ਸਕਦਾ ਠੀਕ ਹੈ ਇਹ ਸਾਰੀਆਂ ਚੀਜ਼ਾਂ ਉਹਨੂੰ ਸਮਝਾਉਂਦਾ ਤੇ ਉਹਨੂੰ ਮੇਨ ਪੰਜ ਲੈਸਨ ਸਿਖਾਉਂਦਾ ਪਹਿਲਾ ਲੈਸਨ ਇਹ ਹੈ ਕਿ ਅਮੀਰ ਲੋਕ ਪੈਸਾ ਲੈਣੇ ਨਹੀਂ ਕੰਮ ਕਰਦੇ ਹੈਗੇ ਹੁਣ ਜ਼ਿਆਦਾਤਰ ਆਪਾਂ ਨੂੰ ਦੇਖਣ ਨੂੰ ਮਿਲਦਾ ਅੱਜਕੱਲ ਕਿ ਸਾਰੇ ਰੈਟ ਰੇਸ ਵਿੱਚ ਲੱਗੇ ਹੋਏ ਨੇ ਰੈਟ ਰੇਸ ਜਿਹਨੂੰ ਨਹੀਂ ਪਤਾ ਮਤਲਬ ਸਾਰੇ ਸੇਮ ਪਾਥ ਵਿੱਚ ਚੱਲ ਰਹੇ ਨੇ ਠੀਕ ਹੈ ਇੱਕੋ ਚੀਜ਼ ਕਰ ਰਹੇ ਨੇ ਸਾਰੇ ਕੋਈ ਕੁਝ ਡਿਫਰੈਂਟ ਕਰਨ ਨੂੰ ਰੈਡੀ ਨਹੀਂਗਾ ਮਤਲਬ ਵਧੀਆ ਪੜ੍ਹਾਈ ਕਰ ਲੋ ਡਿਗਰੀ ਲੈ ਲੋ ਉਸ ਤੋਂ ਬਾਅਦ ਇੱਕ ਜੋਬ ਲੱਭ ਲੋ ਪਾਜਾ ਜੇ ਤੁਹਾਨੂੰ ਜੌਬ ਵਧੀਆ ਮਿਲ ਗਿਆ ਵਿਆਹ ਕਰਾ ਲਓ ਲੋਨ ਚਾਕੇ ਇੱਕ ਘਰ ਲੈ ਲਓ ਤੇ ਲੋਨ ਚਾਕੇ ਇੱਕ ਨਵੀਂ ਗੱਡੀ ਲੈ ਲਓ ਤੇ ਫਿਰ ਸਾਰੀ ਉਮਰ ਕੰਮ ਕਰੀ ਜਾਓ ਉਹ ਲੋਨ ਵਾਪਸ ਕਰ ਲੈ ਉਹ ਜਿਹੜਾ ਪੈਸਾ ਤੁਸੀਂ ਲੋਨ ਤੋਂ ਲਿਆ ਸੀਗਾ ਉਹ ਪੈਸਿਆਂ ਲਈ ਤੁਸੀਂ ਸਾਰੀ ਉਮਰ ਕੰਮ ਕਰੀ ਜਾਂਦੇ ਉਹ ਵਾਪਸ ਮੋੜਨੀ ਤੇ ਆਪ ਦਾ ਹੱਥੋਂ ਤੋਂ ਕੁਝ ਕਦੇ ਬਣਾਇਆ ਨਹੀਂ ਜਾਂਦਾ ਇਹਨੂੰ ਰਾਇਟਰਸ ਕਹਿੰਦੇ ਨੇ ਕਿਉਂਕਿ ਜ਼ਿਆਦਾਤਰ ਮжоਰਿਟੀ ਆਫ ਪੋਪੂਲੇਸ਼ਨ ਇਹ ਚੀਜ਼ ਵਿੱਚ ਫਸੀ ਹੋਈ ਆ ਤੇ ਇਹ ਚੀਜ਼ ਵਿੱਚ ਇੱਕ ਵਾਰ ਪੈ ਜੇ ਬੰਦੇ ਦੇ ਸਿਰ ਤੇ ਇੰਨਾ ਕਰਜ਼ਾ ਹੋਵੇ ਤੇ ਅਰਨਿੰਗ ਘਟ ਹੋਵੇ ਤੇ ਫਿਰ ਮੁਸ਼ਕਿਲ ਆ ਚੀਤੋਂ ਨਿਕਲਣਾ ਤਾਂ ਰਿਚਡ ਡੈਡ ਕਹਿੰਦਾ ਆ ਸਭ ਤੋਂ ਵੱਡੀ ਗਲਤੀ ਜਿਹੜੀ ਆ ਇਹ ਨਹੀਂ ਕਰਨੀ ਹੈਗੀ ਰਿਚਡ ਡੈਡ ਐਸੈਟ ਐਂਡ ਲਾਇਬਿਲਿਟੀਆਂ ਬਾਰੇ ਗੱਲ ਕਰਦਾ ਜੋ ਕਿ ਮੈਂ ਅੱਗੇ ਜਾ ਕੇ ਤੁਹਾਨੂੰ ਸਮਝਾਉਣਾ ਸੋ ਇਹ ਕਹਿੰਦੇ ਸਭ ਤੋਂ ਪਹਿਲੀ ਗਲਤੀ ਜੋ ਲੋਕ ਕਰਦੇ ਨੇ ਉਹ ਹੈਗਾ ਰੈਟ ਰੈਸ ਵਿੱਚ ਪੈਣਾ ਰੈਟ ਰੈਸ ਵਿੱਚ ਕਦੇ ਨਹੀਂ ਪੈਣਾ ਹੈਗਾ ਕਿਉਂਕਿ ਇੱਕ ਵਾਰ ਤੁਹਾਡੇ ਸਿਰ ਤੇ ਇੰਨੇ ਅਮਾਉਂਟ ਦਾ ਕਰਜ਼ਾ ਹੋ ਗਿਆ ਤਾਂ ਉਹ ਤੋਂ ਨਿਕਲਣਾ ਮੁਸ਼ਕਿਲ ਆ ਠੀਕ ਆ ਕਿਉਂਕਿ ਤੁਹਾਡੇ ਕੋ ਇੱਕ ਨੌਕਰੀ ਹੋਊਗੀ ਇੱਕ ਇਨਕਮ ਨਾਲ ਜਿਹੜੇ ਤੁਹਾਡੇ ਜਿਹੜੀ ਤੁਹਾਡੀ ਇੱਕ ਇਨਕਮ ਆਉਂਦੀ ਆ ਉਹਦੇ ਨਾਲ ਤੁਸੀਂ ਆਹ ਇਹ ਚੋਂ ਨਿਕਲ ਨਹੀਂ ਸਕਦੇ ਉਹਦੇ ਨਾਲ ਤੁਸੀਂ ਘਰ ਦਾ ਖਰਚਾ ਭਰਨਾ ਲੋਨ ਦੇਣਾ ਹਨਾ ਗੱਡੇ ਦਾ ਖਰਚਾ ਤਾਂ ਬਾਕੀ ਮਾੜੀ ਮੋਟੀ ਸੇਵਿੰਗ ਰਹਿ ਜਾਂਦੀ ਆ ਆਪਦੇ ਲਈ ਤਾਂ ਕਰਕੇ ਆ ਚੀਜ਼ ਵਿੱਚ ਇੱਕ ਵਾਰ ਬੰਦਾ ਫਸ ਜਾਂਦਾ ਇਹ ਚੋਂ ਨਿਕਲਣਾ ਬਹੁਤ ਮੁਸ਼ਕਿਲ ਆ ਇਹ ਸੀਗਾ ਲੈਸਨ ਨੰਬਰ 1 ਦੂਜਾ ਲੈਸਨ ਜਿਹੜਾ ਆ ਉਹ ਇਹ ਆ ਕਿ ਫਾਈਨੈਂਸ਼ੀਅਲ ਐਜੂਕੇਸ਼ਨ ਬਹੁਤ ਜ਼ਰੂਰੀ ਆ ਹੁਣ ਜਿਹੜੇ ਆਪਣੇ ਸਕੂਲ ਵਾਲੇ ਸਿਸਟਮ ਨੇ ਅੱਜ ਕੱਲ੍ਹ ਸਕੂਲ ਜਵਾਕਾਂ ਨੂੰ ਇਹ ਚੀਜ਼ ਸਿਖਾਉਂਦੀ ਆ ਵੀ ਵਧੀਆ ਵਰਕਰ ਕਿਦਾਂ ਬਣ ਰਹਿਣਾ ਹਨਾ ਕਿਸੇ ਲਈ ਕਿ ਮੈਂ ਕੰਮ ਕਰੀਦਾ ਜਾਂ ਇੱਕ ਵਧੀਆ ਡਿਗਰੀ ਕਿ ਮੈਂ ਲੈਣੀ ਆ ਜਾਂ ਇੱਕ ਵਧੀਆ ਨੌਕਰੀ ਕਿ ਮੈਂ ਲੱਭਣੀ ਆ ਠੀਕ ਹੈ ਸਕੂਲ ਵਿੱਚ ਕਦੇ ਇਦਾਂ ਨਹੀਂ ਸਿਖਾਇਆ ਜਾਂਦਾ ਕਿ ਪੈਸਿਆਂ ਤੋਂ ਹੋਰ ਪੈਸਾ ਕਿਦਾਂ ਬਣਾਇਆ ਜਾਂਦਾ ਤੇ ਇੱਥੇ ਰਿਚਡੈਡ ਐਸੈਟ ਐਂਡ ਲਾਇਬਿਲਟੀਆਂ ਦੀ ਗੱਲ ਕਰਦਾ ਸੋ ਐਸੈਟ ਉਹ ਚੀਜ਼ ਆ ਜਿਹੜੀ ਤੁਹਾਡੀ ਜੇਬਾਂ ਵਿੱਚ ਪੈਸੇ ਪਾਉਂਦੀ ਆ ਇਹਨੂੰ ਐਸੈਟ ਕਹਿੰਦੇ ਨੇ ਲਾਇਬਿਲਿਟੀ ਉਹ ਚੀਜ਼ ਆ ਜਿਹੜੀ ਤੁਹਾਡੀ ਜੇਬਾਂ ਚੋਂ ਪੈਸੇ ਕੱਢਦੀ ਆ ਫੋਰ ਐਗਜ਼ਾਮਪਲ ਆਪਾਂ ਲਾ ਲੈਂਦੇ ਆ ਤੁਸੀਂ ਇੱਕ ਨਵੀਂ ਗੱਡੀ ਖਰੀਦੀ ਉਹ ਗੱਡੀ ਨੂੰ ਤੁਸੀਂ ਕੋਈ ਇਹ ਕੰਮ ਲਾਤਾ ਜਿਹਦੇ ਨਾਲ ਤੁਹਾਨੂੰ ਪੈਸੇ ਆ ਰਹੇ ਨੇ ਉਹਨੂੰ ਐਸੈਟ ਕਹਿ ਦਿੰਨੇ ਆ ਕਿਉਂਕਿ ਤੁਸੀਂ ਗੱਡੀ ਖਰੀਦੀ ਆ ਚਾਹੇ ਲੋਨ ਲੈ ਕੇ ਖਰੀਦੀ ਆ ਪਰ ਉਹ ਗੱਡੀ ਤੁਹਾਨੂੰ ਪੈਸਾ ਕਮਾ ਕੇ ਦੇ ਰਹੀ ਆ ਓਕੇ ਕੋਈ ਰਿਟਰਨ ਵਿੱਚ ਤੁਹਾਨੂੰ ਪ੍ਰੋਫਿਟ ਆ ਰਹੀ ਆ ਇਹਨੂੰ ਐਸੈਟ ਕਹਿ ਦਿੰਦੇ ਨੇ ਕਿਉਂਕਿ ਤੁਹਾਡੇ ਜੇਬਾਂ ਵਿੱਚ ਪੈਸਾ ਪਾ ਰਿਹਾ ਹੁਣ ਤੁਸੀਂ ਸੇਮ ਗੱਡੀ ਉਹ ਲੋਨ ਤੇ ਚੱਕ ਕੇ ਘਰੇ ਲਿਆ ਕੇ ਖੜਾ ਦਿੱਤੀ ਠੀਕ ਹੈ ਉਹ ਖੜੇ ਖੜੇ ਨੇ ਤੁਹਾਡੇ ਜੇਬਾ ਚੋਂ ਉਹਨੇ ਪੈਸੇ ਕੱਢੇ ਆਣ ਨੇ ਇਹਨੂੰ ਲਾਇਬਿਲਟੀਆਂ ਕਹੇ ਹੁੰਦੇ ਨੇ ਸੋ ਰਿਚ ਡੈਡ ਕਹਿੰਦਾ ਕਿ ਬੰਦੇ ਦੇ ਜਿਆਦਾ ਤੋਂ ਜਿਆਦਾ ਐਸੈਟ ਹੋਣੇ ਚਾਹੀਦੇ ਨੇ ਤੇ ਲਾਇਬਿਲਟੀਆਂ ਉਹਨੇ ਹੀ ਰੱਖੋ ਜਿੰਨੀ ਜ਼ਰੂਰਤ ਆ ਠੀਕ ਹੈ ਕਿਉਂਕਿ ਜ਼ਿਆਦਾਤਰ ਲੋਕਾਂ ਦਾ ਉਲਟਾ ਹਿਸਾਬ ਕਿਤਾਬ ਹੁੰਦਾ ਐਸੈਟ ਘੱਟ ਹੁੰਦੇ ਨੇ ਤੇ ਲਾਇਬਿਲਟੀਆਂ ਜ਼ਿਆਦਾ ਹੁੰਦੇ ਨੇ ਸੋ ਰਿਚ ਡੈਡ ਕਹਿੰਦਾ ਕਿ ਠੀਕ ਹੈ ਤੁਹਾਡੀ ਇੱਕ ਜੌਬ ਆ ਜੌਬ ਬੰਦਾ ਇੱਕਦਮ ਛੱਡ ਨਹੀਂ ਸਕਦਾ ਆਪਣੀ ਜੌਬ ਵੀ ਰੱਖੋ ਪਰ ਥੋੜੇ ਬਹੁਤੇ ਪੈਸੇ ਸੇਵ ਕਰਕੇ ਆਪਦੇ ਨਾਲ ਚਾਹੇ 1-2 ਐਸੈਟ ਹੋਣ ਉਹ ਵੀ ਬਣਾਉਣ ਦੀ ਕੋਸ਼ਿਸ਼ ਕਰੋ ਤੇ ਆਪਦੇ ਜੌਬ ਦੇ ਸਿਰ ਤੇ ਨਾ ਜਿਓ 1-2 ਥੋੜੇ ਬਹੁਤੇ ਐਸੈਟ ਆਪਦੇ ਨਾਲ ਬਣਾਓ ਜੌਬ ਦੇ ਨਾਲ ਵੀ ਤੁਹਾਨੂੰ 1-2 ਹੋਰ ਸਾਈਡ ਇਨਕਮਸ ਆਈ ਜਾਣ ਚਾਹੇ ਉਹ ਮਹੀਨੇ ਦਾ 500 ਡਾਲਰ ਮਹੀਨੇ ਦਾ 1000 ਡਾਲਰ ਐਕਸਟਰਾ ਹੋਵੇ ਉਹ ਵੀ ਬਹੁਤ ਫਰਕ ਹੋ ਜਾਂਦਾ ਸੋ ਤੀਜਾ ਲੈਸਨ ਹੈਗਾ ਓਵਰਕਮਿੰਗ ਆਬਸਟੀਕਲਸ ਸੋ ਰਿਚ ਡੈਡ ਨੇ ਇੱਥੇ ਵੀ ਪੰਜ ਚੀਜ਼ਾਂ ਦਸੀਆਂ ਨੇ ਜਿਹੜੀਆਂ ਕਿ ਬੰਦੇ ਨੂੰ ਕਾਮਯਾਬ ਹੋਣ ਤੋਂ ਰੋਕਦੀਆਂ ਨੇ ਸਭ ਤੋਂ ਪਹਿਲੀ ਚੀਜ਼ ਡਰ ਤੋ ਕਦੇ ਵੀ ਕੋਈ ਨਵੀਂ ਚੀਜ਼ ਕਰਨੀ ਹੁੰਦੀ ਆ ਹਨਾ ਬੰਦਾ ਜਾਂ ਸੋਚੋ ਬੰਦਾ ਅਮੀਰ ਹੋ ਗਿਆ ਕਹਿੰਦੇ ਇੰਨੇ ਜ਼ਿਆਦਾ ਡਰ ਬੰਦੇ ਚ ਗਰੀਬੀ ਚ ਨਹੀਂ ਹੁੰਦਾ ਜਿੰਨਾ ਉਹ ਅਮੀਰ ਹੋ ਕੇ ਡਰ ਲਾ ਜਾਂਦੇ ਨੇ ਕਿਉਂਕਿ ਉਹਨਾਂ ਵਿੱਚ ਇਹ ਡਰ ਹੁੰਦਾ ਕਿ ਜਿੰਨਾ ਅਸੀਂ ਪੈਸਾ ਕਮਾਇਆ ਉਹ ਸਾਡੇ ਹੱਥੋਂ ਨਾ ਨਿਕਲ ਜੇ ਉਹਨਾਂ ਨੂੰ ਡਰ ਹੁੰਦਾ ਵੀ ਸਾਡਾ ਸਾਰਾ ਮਨੀ ਲੂਸ ਉਹ ਲਾਸਟ ਨਾ ਹੋ ਜਾਏ ਹਨਾ ਤੇ ਇਹ ਡਰ ਹੁੰਦਾ ਵੀ ਜੇ ਸਾਡਾ ਸਾਰਾ ਪੈਸਾ ਚੱਲ ਗਿਆ ਸਾਡੇ ਫੈਮਿਲੀ ਚ ਰਿਲੇਟਿਵਸ ਇਨਸਲਟ ਬਹੁਤ ਹੋਗੇ ਕੋਈ ਇੱਜ਼ਤ ਨਹੀਂ ਰਹਿਣੀ ਤਾ ਕਰਕੇ ਜਦੋਂ ਉਹ ਡਰ ਵਿੱਚ ਚੱਲਦੇ ਨੇ ਨਾ ਉਹ ਕੁਝ ਨਵਾਂ ਨਹੀਂ ਕਰ ਪਾਉਂਦੇ ਆਫ ਦਾ ਬਿਜ਼ਨਸ ਵੀ ਨਹੀਂ ਗਰੋ ਕਰ ਪਾਉਂਦੇ ਜਦੋਂ ਕੋਈ ਰਿਸਕ ਲੈਣਾ ਹੁੰਦਾ ਉਹ ਰਿਸਕ ਲੈਂਦੇ ਨਹੀਂਗੇ ਮੇਬੀ ਉਹ ਰਿਸਕ ਲੈ ਕੇ ਉਹਨਾਂ ਦਾ ਬਿਜ਼ਨਸ ਹੋਰ ਨੈਕਸਟ ਲੈਵਲ ਪਹੁੰਚ ਜਾ ਪਰ ਉਹ ਕਰਦੇ ਨਹੀਂ ਉਹ ਡਰ ਕਰਕੇ ਤਾਂ ਕਰਕੇ ਕਹਿੰਦੇ ਜਦੋਂ ਇਹ ਦੁਨੀਆ 'ਚ ਬਿਜ਼ਨਸ ਵਾਲੀ ਦੁਨੀਆ 'ਚ ਪੈਣਾ ਹੈ ਨਾ ਤੁਸੀਂ ਕੁਝ ਆਪ ਦਾ ਪੈਸੇ ਕਮਾਉਣਾ ਚਾਹੁੰਦੇ ਹੋ ਤਾਂ ਡਰ ਇੱਕ ਪਾਸੇ ਕਰਨਾ ਪੈਣਾ ਠੀਕ ਹੈ ਉੱਥੇ ਤਾਂ ਤੁਹਾਨੂੰ ਰਿਸਕ ਲੈਣਾ ਹੀ ਪੈਣਾ ਰਿਸਕ ਤੋਂ ਬਿਨਾ ਕੋਈ ਰਿਜ਼ਲਟ ਨਹੀਂ ਮਿਲਣਾ ਹੈਗਾ ਦੂਜੇ ਨੰਬਰ ਤੇ ਡਾਊਟ ਬਹੁਤ ਲੋਕ ਜਦੋਂ ਕੁਝ ਨਵਾਂ ਸਟਾਰਟ ਕਰਨ ਜਾ ਰਹੇ ਹੁੰਦੇ ਨੇ ਉਹਨਾਂ ਵਿੱਚ ਡਾਊਟ ਹੁੰਦਾ ਠੀਕ ਹੈ ਆਪਦੇ ਆਪ 'ਚ ਇੰਨਾ ਕੰਫੀਡੈਂਸ ਨਹੀਂ ਹੁੰਦਾ ਵੀ ਮੈਂ ਇਹ ਚੀਜ਼ ਕਰ ਪਾਊਂਗਾ ਕੋਈ ਵੀ ਨਵੀਂ ਚੀਜ਼ ਕਰਨੀ ਹੋਵੇ ਹਨਾ ਉਹਨਾਂ ਦੇ ਦਿਮਾਗ ਵਿੱਚ ਇਹੀ ਸਵਾਲ ਆਉਂਦਾ ਵੀ ਯਾਰ ਮੈਂ ਕਰ ਪਾਊਂਗਾ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਬੰਦੇ ਕਾਮਯਾਬ ਹੋ ਚੁੱਕੇ ਨੇ ਉਹਨਾਂ ਤੇ ਤੁਹਾਡੇ 'ਚ ਕੋਈ ਫਰਕ ਨਹੀਂ ਹੈਗਾ ਬਸ ਇੱਕ ਇਕੱਲਾ ਛੋਟਾ ਜਿਹਾ ਫਰਕ ਇੱਕ ਹੈ ਹਨਾ ਉਹਨਾਂ ਨੇ ਆਪਦੇ ਆਪ 'ਚ ਬਲੀਵ ਕੀਤਾ ਆਪਦੇ ਆਪ ਤੇ ਉਹਨਾਂ ਨੇ ਸ਼ੱਕ ਨਹੀਂ ਕੀਤਾ ਆਈ ਨਿਕਾ ਵੀ ਉਹ ਤੁਹਾਡੇ ਨਾਲ ਬੈਟਰ ਨੇ ਜਾਂ ਉਹਨਾਂ 'ਚ ਕੋਈ ਐ ਜਾਦੂਗਾਰ ਆ ਵੀ ਤਾਂ ਕਰਕੇ ਇੰਨੇ ਕਾਮਯਾਬ ਹੋ ਗਏ ਉਹ ਤੁਹਾਡੇ ਵਾਂਗੂ ਸੇਮ ਇਨਸਾਨ ਨੇ ਬਸ ਉਹ ਐਕਸ਼ਨ ਲੈਂਦੇ ਨੇ ਤਾਂ ਕਰਕੇ ਆਪਦੇ ਆਪ ਤੇ ਡਾਊਟ ਨਾ ਕਰੋ ਆਪਦੇ ਆਪ 'ਚ ਬਲੀਵ ਕਰਿਆ ਕਰੋ ਇੰਨੇ ਕਾਬਿਲ ਹੋ ਕੇ ਤੁਸੀਂ ਕਹਿ ਸਕੋ ਹਾਂ ਇਹ ਚੀਜ਼ ਮੈਂ ਕਰ ਸਕਦਾ ਇਹ ਸੀਗੀ ਦੂਜੀ ਚੀਜ਼ ਫੀਅਰ ਹੋ ਗਿਆ ਡਾਊਟ ਹੋ ਗਿਆ ਤੀਜੀ ਚੀਜ਼ ਲੇਜ਼ੀਨੈਸ ਰਿਚ ਡੈਡ ਕਹਿੰਦਾ ਲੇਜ਼ੀ ਬੰਦੇ ਮੈਨੂੰ ਬਿਲਕੁਲ ਪਸੰਦ ਨਹੀਂ ਹੈਗੇ ਜਿਹੜਾ ਇਨਸਾਨ ਅੱਜ ਦਾ ਕੰਮ ਕੱਲ ਤੇ ਛੱਡਦਾ ਠੀਕ ਹੈ ਉਹ ਕਦੇ ਕਾਮਯਾਬ ਨਹੀਂ ਹੋ ਸਕਦਾ ਕਹਿੰਦਾ ਕਾਮਯਾਬ ਬੰਦਾ ਉਹ ਆ ਜਿਹੜਾ ਰਾਈਟ ਅਵੇ ਕੰਮ ਕਰੇ ਕੋਈ ਕੰਮ ਹੁੰਦਾ ਨਾ ਹੁਣੇ ਕਰ ਦੇ ਤੇ ਕਿਉਂਕਿ ਜਿਹੜਾ ਅੱਜ ਦਾ ਕੰਮ ਕੱਲ ਤੇ ਛੱਡਦਾ ਜਦੋਂ ਮੈਂ ਵੀ ਫੋਰ ਐਗਜ਼ਾਮਪਲ ਉਹਨੂੰ ਕੋਈ ਓਪਰਚੁਨਿਟੀ ਦਿਖ ਰਹੀ ਆ ਉਹ ਓਪਰਚੁਨਿਟੀ ਦਾ ਫਾਇਦਾ ਨਹੀਂ ਉਠਾਉਂਦਾ ਠੀਕ ਹੈ ਓਪਰਚੁਨਿਟੀ ਨੂੰ ਕਹਿੰਦਾ ਨਹੀਂ ਮੈਂ ਕੱਲੂ ਕਰੂੰਗਾ ਤਾਂ ਉਹ ਮੌਕਾ ਨਿਕਲ ਜਾਂਦਾ ਤਾਂ ਲੇਜਰਨੈਸ ਤੁਹਾਨੂੰ ਸਾਈਡ ਤੇ ਰੱਖਣਾ ਪਾਣਾ ਠੀਕ ਹੈ ਹੁਣ ਇੱਕਦਮ ਤਾਂ ਬੰਦਾ ਜਿਹੜਾ ਹੁਣ ਲੇਜੀ ਬੰਦਾ ਇੱਕਦਮ ਤਾਂ ਲੇਜਰਨੈਸ ਛੱਡ ਨਹੀਂ ਸਕਦਾ ਤਾਂ ਲੇਜ਼ਨੈਸ ਚੋਂ ਨਿਕਲਣ ਲਈ ਵੀ ਕਾਫੀ ਤਰੀਕੇ ਹੁੰਦੇ ਨੇ ਤੁਸੀਂ ਥੋੜਾ ਜ਼ਿਆਦਾ ਪ੍ਰੋਡਕਟਿਵ ਬਣੋ ਠੀਕ ਹੈ ਆਪਦੇ ਕਮਰੇ ਚੋਂ ਨਿਕਲੋ ਬਾਹਰ ਇੱਕ ਚਾਹੇ ਗੇੜਾ ਕੱਢਿਓ ਥੋੜੀ ਐਕਸਰਸਾਈਜ਼ ਜ਼ਿਆਦਾ ਕਰਿਆ ਕਰੋ ਸੋ ਤੁਹਾਡਾ ਸਰੀਰ ਜ਼ਿਆਦਾ ਚੁਸਤ ਹੁੰਦਾ ਲੇਜ਼ਨੈਸ ਬੰਦੇ ਜ਼ਿਆਦਾ ਸੁਸਤ ਜਿਹੇ ਰਹਿੰਦੇ ਹੁੰਦੇ ਨੇ ਠੀਕ ਹੈ ਤੁਸੀਂ ਉਹ ਚੀਜ਼ਾਂ ਕਰੋ ਜਿਨ੍ਹਾਂ ਤੁਹਾਡਾ ਸਰੀਰ ਤੁਹਾਡਾ ਦਿਮਾਗ ਜ਼ਿਆਦਾ ਐਕਟਿਵ ਰਹੂਗਾ ਇਹ ਹੋ ਗਈ ਤੀਜੀ ਚੀਜ਼ ਚੌਥੀ ਚੀਜ਼ ਹੈ ਬੈਡ ਹੈਬਿਟਸ ਬਹੁਤ ਸਾਰੇ ਲੋਕਾਂ ਦੇ ਬੈਡ ਹੈਬਿਟਸ ਨੇ ਫੋਰ ਇਗਜ਼ਾਮਪਲ ਜਦੋਂ ਉਹਨਾਂ ਦੀ ਮਹੀਨੇ ਬਾਅਦ ਉਹਨਾਂ ਦੀ ਤਨਖਾਹ ਆਉਂਦੀ ਆ ਜਿਆਦਾਤਰ ਲੋਕ ਸਭ ਤੋਂ ਪਹਿਲਾਂ ਆਪਦੇ ਪਰਸਨਲ ਖਰਚੇ ਕਰਦੇ ਨੇ ਹਨਾ ਤਨਖਾਹ ਆ ਗਈ ਸਭ ਤੋਂ ਪਹਿਲਾਂ ਚੱਲ ਇੱਥੇ ਨਵੇਂ ਕੱਪੜੇ ਲੈ ਆਏ ਸ਼ਾਪਿੰਗ ਕਰ ਆਏ ਬਾਹਰ ਰੈਸਟੋਰੈਂਟਾਂ ਤੇ ਖਾ ਆਏ ਤੇ ਬਾਅਦ ਵਿੱਚ ਜਦੋਂ ਕੋਈ ਬਿੱਲ ਬੁੱਲ ਭਰਨੇ ਹੁੰਦੇ ਨੇ ਜ਼ਰੂਰੀ ਖਰਚੇ ਹੁੰਦੇ ਨੇ ਉਹਨਾਂ ਲਈ ਬਹੁਤ ਘੱਟ ਪੈਸਾ ਉਹਨਾਂ ਕੋਲ ਬਚਦਾ ਨਾ ਉਹਨਾਂ ਲਈ ਪੈਸਾ ਬਾਅਦ ਵਿੱਚ ਹੁੰਦਾ ਹੀ ਨਹੀਂਗਾ ਇਹ ਬੈਡ ਹੈਬਿਟਸ ਨੇ ਅਮੀਰ ਲੋਕ ਨੇ ਜਿਹੜੇ ਉਹ ਸਭ ਤੋਂ ਪਹਿਲਾਂ ਆਪਦੇ ਜਿਹੜੇ ਜ਼ਰੂਰੀ ਬਿੱਲਸ ਭਰਨੇ ਹੁੰਦੇ ਨੇ ਉਹਨਾਂ ਲਈ ਪੈਸਾ ਸਾਈਡ ਤੇ ਰੱਖਦੇ ਹੁੰਦੇ ਨੇ ਹਨਾ ਵੀ ਇਹ ਮਾਰੇ ਖਰਚੇ ਲਈ ਆ ਤੇ ਆਪਦੇ ਜਿਹੜੇ ਪਰਸਨਲ ਖਰਚੇ ਨੇ ਉਹਨਾਂ ਲਈ ਪੈਸਾ ਐਂਡ ਵਿੱਚ ਰੱਖਦੇ ਨੇ ਜ਼ਿਆਦਾਤਰ ਲੋਕ ਜਿਹੜੇ ਆਮ ਇਨਸਾਨ ਆ ਮਿਡਲ ਕਲਾਸ ਵਿੱਚ ਉਹ ਉਲਟਾ ਕਰਦੇ ਨੇ ਉਲਟੀ ਚੀਜ਼ ਕਰਦੇ ਨੇ ਪਹਿਲਾਂ ਆਪਦਾ ਪਰਸਨਲ ਖਰਚਾ ਕਰਦੇ ਨੇ ਤੇ ਜਿਹੜੇ ਜ਼ਰੂਰੀ ਖਰਚੇ ਨੇ ਉਹਨਾਂ ਲਈ ਬਾਅਦੋਂ ਉਹਨਾਂ ਕੋ ਐਂਡ ਵਿੱਚ ਪੈਸਾ ਰੱਖਦੇ ਨੇ ਇਹ ਚੀਜ਼ ਨਹੀਂ ਕਰਨੀ ਹੈਗੀ ਸਭ ਤੋਂ ਪਹਿਲਾਂ ਆਪਦੇ ਬਿੱਲਸ ਜਿਹੜੇ ਤੁਹਾਡੇ ਹਰੇਕ ਮਹੀਨੇ ਖਰਚੇ ਹੁੰਦੇ ਨੇ ਉਨਾਂ ਲਈ ਸਾਈਡ ਤੇ ਪਹਿਲਾਂ ਹੀ ਰੱਖ ਲਓ ਵੀ ਇਹਨੂੰ ਮੈਂ ਟੱਚ ਨਹੀਂ ਕਰਨਾ ਹੈਗਾ ਪੰਜਵੀਂ ਚੀਜ਼ ਈਗੋ ਬੰਦੇ 'ਚ ਈਗੋ ਹੁੰਦੀ ਆ ਵੀ ਜਿਹੜਾ ਮੈਨੂੰ ਸਕਿੱਲ ਆਉਂਦਾ ਉਹ ਮੈਂ ਕਿਸਾਨੂੰ ਸਿਖਾਉਣਾ ਨਹੀਂਗਾ ਠੀਕ ਆ ਈਗੋ ਦੇ ਨਾਲ ਉਹ ਜਿਹਦੇ ਦਿਮਾਗ 'ਚ ਅੰਦਰ 'ਚ ਥੋੜਾ ਥੋੜਾ ਡਰ ਹੁੰਦਾ ਹੈ ਨਾ ਨਾ ਇਹ ਹੁੰਦਾ ਵੀ ਜੇ ਮੈਂ ਦੂਜਿਆਂ ਨੂੰ ਸਿਖਾਤਾ ਦੂਜਿਆਂ ਨੂੰ ਵੀ ਕੰਮ ਆਉਣ ਲੱਗ ਜਾਣ ਨੇ ਤੇ ਮੇਰਾ ਕੰਮ ਖਤਮ ਹੋ ਜਾਣਾ ਜਿਹੜਾ ਅਮੀਰ ਇਨਸਾਨ ਆ ਹੈ ਨਾ ਜਿਹੜਾ ਵਧੀਆ ਕਾਮਯਾਬ ਇਨਸਾਨ ਆ ਉਹ ਆਪਦੇ ਸਕਿੱਲ ਦੂਜਿਆਂ ਨਾਲ ਸ਼ੇਅਰ ਕਰਦਾ ਤੇ ਦੂਜਿਆਂ ਤੋਂ ਵੀ ਸਿੱਖਦਾ ਠੀਕ ਹੈ ਤੇ ਜੋ ਦੂਜਿਆਂ ਤੋਂ ਸਿੱਖਣ ਨੂੰ ਮਿਲਦਾ ਉਹ ਆਪਦੇ bizness ਤੇ ਅਪਲਾਈ ਕਰਦਾ ਤੇ ਆਪਦਾ bizness ਹੋਰ ਗਰੋ ਕਰਦਾ ਤਾਂ ਕਰਕੇ ਇੱਕ ਦੂਜੇ ਨੂੰ ਸਪੋਰਟ ਕਰਿਆ ਕਰੋ ਠੀਕ ਹੈ ਇਹ ਈਗੋ ਨਾ ਰੱਖਿਆ ਕਰੋ ਸੋ ਚੌਥਾ ਲੈਸਨ ਹੈਗਾ ਮਾਈਂਡ ਯੋਰ ਓਮ bizness ਫੋਕਸ ਔਨ ਯੋਰself ਤੁਸੀਂ ਆਪਦੇ ਆਪ ਤੇ ਫੋਕਸ ਕਰੋ ਤੁਹਾਡਾ ਟਾਈਮ ਆ ਜਿਹੜਾ ਉਹ ਸਭ ਤੋਂ ਕੀਮਤੀ ਚੀਜ਼ ਆ ਉਹ ਪੈਸਿਆਂ ਨਾਲੋਂ ਵੀ ਜ਼ਿਆਦਾ ਵੈਲਿਊਬਲ ਆ ਤੇ ਕਹਿੰਦਾ ਜਦੋਂ ਮੈਂ ਦੇਖਦਾ ਕਿ ਲੋਕ ਆਪਦਾ ਟਾਈਮ ਦੂਜਿਆਂ ਤੇ ਵੇਸਟ ਕਰ ਰਹੇ ਨੇ ਬਿੱ ਦੂਜੇ ਕੀ ਕਰਦੇ ਨੇ ਦੂਜਿਆਂ ਚ ਦਖਲਅੰਦਾਜ਼ੀ ਦਿੰਦੇ ਨੇ ਕਹਿੰਦਾ ਮੈਂ ਸੋਚਦਾ ਵੀ ਇਹਨਾਂ ਨੂੰ ਬਿਲਕੁਲ ਪਰਵਾਹ ਨਹੀਂ ਹੈਗੀ ਆਪਦੇ ਬਾਰੇ ਤਾਂ ਕਰਕੇ ਆਪਦੇ ਆਪ ਤੇ ਫੋਕਸ ਕਰਿਆ ਕਰੋ ਦੂਜੇ ਜੋ ਕਰਦੇ ਨੇ ਉਹ ਤੁਹਾਡਾ ਬਿਜ਼ਨਸ ਨਹੀਂ ਹੈਗਾ ਠੀਕ ਹੈ ਉਹਨਾਂ ਨੂੰ ਜੋ ਮਰਜ਼ੀ ਕਰਨ ਦੋ ਤੁਸੀਂ ਆਪਦੇ ਬਾਰੇ ਟੈਨਸ਼ਨ ਨਾ ਲਓ ਵੀ ਮੈਂ ਕਿੱਦਾਂ ਮੈਂ ਕੀ ਕਰ ਸਕਦਾ ਤੇ ਮੈਂ ਕਿਵੇਂ ਹੋਰ ਕਾਮਯਾਬ ਅੱਗੇ ਵਧ ਸਕਦਾ ਤੇ ਰੌਬਰਟ ਕਹਿੰਦਾ ਹੁਣ ਅੱਜ ਦੇ ਟਾਈਮ ਕਹਿੰਦਾ ਜੋ ਮੈਂ ਕਿਸੇ ਤੋਂ ਪੁੱਛਦਾ ਵੀ ਤੂੰ ਜ਼ਿੰਦਗੀ ਚ ਕੀ ਕਰਦਾ ਫੋਰ ਐਗਜ਼ਾਮਪਲ ਕਹਿੰਦਾ ਬੰਦਾ ਮੈਨੂੰ ਕਹਿ ਦਿੰਦਾ ਮੈਂ ਬੈਂਕਰ ਆ ਜਾਂ ਮੈਂ ਟੀਚਰ ਆ ਕਹਿੰਦਾ ਫਿਰ ਮੈਂ ਉਹਨਾਂ ਨੂੰ ਪੁੱਛਦਾ ਵੀ ਬੈਂਕਰ ਆ ਤੂੰ ਬੈਂਕ ਤੇਰੀ ਆ ਜਾਂ ਟੀਚਰ ਆ ਜਿੱਥੇ ਤੂੰ ਟੀਚਰ ਆ ਸਕੂਲ ਤੇਰਾ ਆ ਉਹ ਕਹਿੰਦਾ ਨਹੀਂ ਅਸੀਂ ਬਸ ਉੱਥੇ ਜੌਬ ਕਰਦੇ ਆ ਉਹ ਸਾਡਾ ਨਹੀਂ ਅਸੀਂ ਬਸ ਕਿਸੇ ਦੇ ਥੱਲੇ ਆ ਕਹਿੰਦਾ ਹੁਣ ਇੱਥੇ ਪਹਿਲਾ ਵਾਲੀ ਗੱਲ ਵਾਪਸ ਹੁੰਦੀ ਆ ਜਿਵੇਂ ਰਿਚ ਡੈਡ ਕਹਿੰਦਾ ਸੀ ਜ਼ਰੂਰੀ ਨਹੀਂਗਾ ਵੀ ਤੁਸੀਂ ਇੱਕਦਮ ਹੁਣ ਜੌਬ ਛੱਡ ਕੇ ਰਿਸਕ ਲੈ ਲਓ ਬੜਾ ਹੈਨਾ ਕਿ ਚਾਹੇ ਜੌਬ ਆਪਦਾ ਰੱਖੋ ਪਰ ਨਾਲ ਦੀ ਨਾਲ ਆਪਦੇ ਐਸੈਟ ਵੀ ਬਣਾਉਣੇ ਸ਼ੁਰੂ ਕਰੋ ਠੀਕ ਹੈ ਇੱਕ ਕੱਲੇ ਇੱਕ ਸਿੰਗਲ ਜੌਬ ਤੇ ਡਿਪੈਂਡ ਨਾ ਹੋ ਨਾਲ ਦੇ ਨਾਲ ਆਪਦਾ ਕੁਝ ਬਣਾਉਣਾ ਸ਼ੁਰੂ ਕਰੋ ਠੀਕ ਹੈ ਹੁਣ ਲੋਕ ਕਹਿੰਦੇ ਨੇ ਵੀ ਯਾਰ ਸਾਨੂੰ ਪਤਾ ਨਹੀਂ ਅਸੀਂ ਕੀ ਕਰੀਏ ਕੁਝ ਵੀ ਕੁਝ ਵੀ ਨਵਾਂ ਟਰਾਈ ਕਰਕੇ ਤਾਂ ਦੇਖੋ ਸ਼ੁਰੂਆਤ ਸਭ ਤੋਂ ਔਖੀ ਚੀਜ਼ ਹੁੰਦੀ ਆ ਤੁਸੀਂ ਕੋਈ ਵੀ ਚੀਜ਼ ਕਰਨੀ ਹੋਵੇ ਚਾਹੇ ਤੁਸੀਂ ਬਿਜ਼ਨਸ ਕਰਨਾ ਚਾਹੇ ਤੁਸੀਂ ਇੱਕ ਵਧੀਆ ਸ਼ਰੀਰ ਬਣਾਉਣਾ ਜਿੰਮ ਲੱਗਣਾ ਸ਼ੁਰੂਆਤ ਸਭ ਤੋਂ ਔਖਾ ਪਾਰਟ ਹੁੰਦਾ ਬਾਅਦ ਚੋਂ ਅੱਗੇ ਜਾਂਦੇ ਜਾਂਦੇ ਤੁਹਾਨੂੰ ਆਪੇ ਰਸਤਾ ਦਿਖਣ ਲੱਗ ਜਾਂਦਾ ਕੋਈ ਵੀ ਚੀਜ਼ ਚ ਸ਼ੁਰੂਆਤ ਔਖਾ ਪੜਨਾ ਤਾਂ ਹੁੰਦਾ ਕਿਉਂਕਿ ਤੁਹਾਨੂੰ ਉਹ ਚੀਜ਼ ਬਾਰੇ ਇੰਨੀ ਨੌਲੇਜ ਨਹੀਂ ਹੁੰਦੀ ਪਰ ਨੌਲੇਜ ਹੋਰ ਕਿਵੇਂ ਗੇਨ ਕਰੋਗੇ ਜੋ ਚੀਜ਼ ਤੁਸੀਂ ਵਰਕ ਕਰੋਗੇ ਹਨਾ ਜੋ ਚੀਜ਼ ਵਿੱਚ ਪਹੁੰਗੇ ਤਾਂ ਕਰਕੇ ਕਦੇ ਵੀ ਆਪਦੀ ਜ਼ਿੰਦਗੀ ਇੱਕ ਕੱਲੇ ਬੌਸ ਦੇ ਅੰਡਰ ਕੰਮ ਕਰਕੇ ਨਾ ਘਟੋ ਠੀਕ ਹੈ ਆਪਦਾ ਵੀ ਕੋਈ ਸਾਈਡ ਤੇ ਬਣਾਉਣਾ ਸ਼ੁਰੂ ਕਰੋ ਲਾਸਟ ਲੈਸਨ ਜਿਹੜਾ ਉਹ ਇਹ ਆ ਡੋਨਟ ਵਰਕ ਫॉर ਮਨੀ ਵਰਕ ਫॉर ਨੌਲੇਜ ਰੌਬਰਟ ਕਹਿੰਦਾ ਮੈਨੂੰ ਹਮੇਸ਼ਾ ਇਦਾਂ ਹੀ ਲੱਗਦਾ ਸੀ ਕਿ ਮੇਰਾ ਪੋਡ ਡੈਡ ਜਿਹੜਾ ਉਹਨੂੰ ਆਪਦੇ ਕੰਮ ਨਾਲ ਬਹੁਤ ਪਿਆਰ ਆ। ਕਹਿੰਦਾ ਉਹ ਹਮੇਸ਼ਾ ਸਵੇਰੇ ਅਰਲੀ ਉੱਠਦਾ ਸੀਗਾ, ਤਿਆਰ ਸ਼ਾਰ ਹੋ ਕੇ ਕੰਮ ਤੇ ਅੱਧਾ ਘੰਟਾ ਘੰਟਾ ਉਹਨੇ ਪਹਿਲਾਂ ਹੀ ਪਹੁੰਚ ਜਾਣਾ। ਕਹਿੰਦਾ ਮੈਨੂੰ ਇਦਾਂ ਹੀ ਲੱਗਦਾ ਸੀ ਵੀ ਉਹ ਆਪਦੇ ਜੌਬ ਨੂੰ ਬਹੁਤ ਪਿਆਰ ਕਰਦਾ ਉਹਨੂੰ ਬਹੁਤ ਪਸੰਦ ਆ ਆਪਦੇ ਜੌਬ। ਕਹਿੰਦਾ ਪਰ ਟਾਈਮ ਨਾਲ ਮੈਨੂੰ ਇਹ ਚੀਜ਼ ਪਤਾ ਲੱਗੀ ਕਿ ਉਹ ਆਪਦੇ ਜੌਬ ਨੂੰ ਨਹੀਂ ਪਿਆਰ ਕਰਦਾ ਸੀ। ਅਸਲ 'ਚ ਉਹਦੇ ਦਿਮਾਗ ਵਿੱਚ ਇਹ ਡਰ ਸੀਗਾ ਵੀ ਮੇਰਾ ਕੰਮ ਛੁੱਟ ਨਾ ਜਾਵੇ, ਮੈਨੂੰ ਕੰਮ ਛੋਣਾ ਕੱਢ ਦੇਣ। ਮੈਂ ਆਪਦੇ ਵੱਲੋਂ ਵਧੀਆ ਕੰਮ ਕਰਾਂ। ਕਹਿੰਦਾ ਦੂਏ ਪਾਸੇ ਮੇਰਾ ਰਿਚ ਡੈਡ ਕਿ ਤੁਹਾਨੂੰ ਤੁਹਾਡਾ ਟਾਈਮ ਪੈਸਿਆਂ ਨਾਲ ਟਰੇਡ ਕਰਨਾ ਚਾਹੀਦਾ ਜਿਵੇਂ ਕਿ ਪੋਟ ਡਾੜਾ ਕੰਮ ਕਰਦਾ ਸੀ ਇੰਨੇ ਘੰਟੇ ਕੰਮ ਕਰਕੇ ਇੰਨੇ ਪੈਸੇ ਮਿਲਣਗੇ ਉਹਨੇ ਆਪਦਾ ਟਾਈਮ ਪੈਸਿਆਂ ਨਾਲ ਟਰੇਡ ਕੀਤਾ ਕਹਿੰਦਾ ਆਪਦੇ ਟਾਈਮ ਨੂੰ ਨੌਲੇਜ ਨਾਲ ਟਰੇਡ ਕਰੋ ਜਿੰਨਾ ਜ਼ਿਆਦਾ ਤੁਹਾਨੂੰ ਕੁਝ ਨਵਾਂ ਸਿੱਖਣ ਨੂੰ ਮਿਲੂਗਾ ਓਨਾਂ ਜ਼ਿਆਦਾ ਬੈਟਰ ਆ ਤਾਂ ਕਰਕੇ ਤਾਂ ਅਮੀਰ ਲੋਕ ਸੁੱਤੇ ਪਏ ਪੈਸੇ ਕਮਾਉਂਦੇ ਨੇ ਉਹਨਾਂ ਨੂੰ ਆਪਦੇ ਟਾਈਮ ਨੂੰ ਪੈਸਾ ਨਾਲ ਟਰੇਡ ਕਰਨਾ ਪੈਂਦਾ ਟਾਈਮ ਨੂੰ ਨੌਲੇਜ ਨਾਲ ਟਰੇਡ ਕਰਦਨੇ ਕਹਿੰਦੇ ਹਰ ਰੋਜ਼ ਕੋਸ਼ਿਸ਼ ਕਰੋ ਕੁਛ ਨਵਾਂ ਸਿੱਖਣ ਨੂੰ ਮਿਲੇ ਤਾਂ ਕਰਕੇ ਕਦੇ ਵੀ ਪੈਸਾ ਲਈ ਕੰਮ ਨਾ ਕਰੋ ਕੰਮ ਕਰੋ ਨੌਲੇਜ ਲਈ ਕੁਛ ਨਵਾਂ ਸਿੱਖਣ ਲਈ ਚਾਹੇ ਤੁਹਾਨੂੰ ਫ੍ਰੀ ਚ ਕੰਮ ਕਰਨਾ ਪਵੇ ਪਰ ਉਹ ਤੋਂ ਸਿੱਖ ਉਹ ਚੀਜ਼ ਤਾਂ ਕੁਝ ਸੋ ਆ ਸੀਗੀ ਰਿਚ ਡੈਡ ਪੋਅਰ ਡੈਡ ਹੋਪ ਕਰਦਾ ਤੁਹਾਨੂੰ ਪਸੰਦ ਆਈ ਹੋਵੇ ਤੇ ਅੱਗੇ ਮੈਨੂੰ ਦੱਸਿਓ ਕਿਹੜੀ-ਕਿਹੜੀ ਬੁੱਕਸ ਤੁਸੀਂ ਦੇਖਣਾ ਚਾਹੁੰਦੇ ਹੋ ਜੋ ਵੀਡੀਓ ਪਸੰਦ ਆਇਆ ਲਾਇਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰ ਦਿਓ ਤੇ ਆਪਾਂ ਮਿਲਦੇ ਆ ਅਗਲੀ ਵਾਰ ਓਕੇ